ਫਿਰ ਤਾਂ ਆਦਮ ਅਲੈਹਿ ਸਲਾਮ ਦੇ ਅੰਦਰ ਲਿਖਿਆ ਹੈ, ਅੰਬੀਆ ਅਲੈਹਿ ਸਲਾਮ ਕੇ ਅੰਦਰ ਦੇਖ ਲੇ ਕਿਆ ਉਸਕੇ ਅੰਦਰ ਯਾਦ ਹੈ, ਇਹ ਉਸਕੀ ਕਿਤਾਬ ਹੈ ਜ਼ਮੀਮਾ ਖੁਤਬਾਤ ਇਲਹਾਮੀਆਂ, ਜ਼ਮੀਮਾ ਖੁਤਬਾ ਇਲਹਾਮੀਆਂ ਸਫ਼ਾ ਉਹ ਸ਼ੁਰੂ ਕੇ ਅੰਦਰ ਹੈ, ਆਪਣਾ ਅਲੀ ਬਾ ਤਾ ਸਫ਼ਾ ਤਾ ਹਾਸ਼ੀਆ, ਹਾਸ਼ੀਆ ਕੇ ਅੰਦਰ ਰੂਹਾਨੀ ਖਜ਼ਾਨ ਹੈ ਔਰ ਜਿਲਦ ਨੰਬਰ 16 ਹੈ ਸਫ਼ਾ 314। ਇਸ ਮੇਂ ਕਹਤੇ ਆਦਮ ਅਲੈਹਿ ਸਲਾਮ ਮੁਤਲਕ, ਅੱਲਾਹ ਤਾਲਾ ਨੇ ਆਦਮ ਕੋ ਪੈਦਾ ਕਰਕੇ ਉਹਨੇ ਤਮਾਮ ਜੀ ਰੂਹ ਇਨਸੋ ਜਿਨ ਪਰ ਸਰਦਾਰ ਹਾਕਮ ਔਰ ਅਮੀਰ ਬਣਾਇਆ, ਜੈਸੇ ਕਿ ਆਇਤ ਉਸ ਜਦੂ ਲਈ ਆਦਮ ਸੇ ਮਾਲੂਮ ਹੋਤਾ ਹੈ, ਫਿਰ ਸ਼ੈਤਾਨ ਨੇ ਉਹਨੇ ਬਹਿਕਾਇਆ ਔਰ ਜਨਤੋ ਸੇ ਨਿਕਲਵਾ ਦਿਆ। ਆਗੇ ਸੁਣੇ ਕਹਤਾ, ਔਰ ਹਕੂਮਤ ਇਸ ਅਜਦੇਹੇ ਕੀ ਤਰਫ ਲੁਟਾਈ ਗਈ ਔਰ ਇਸ ਜੰਗ ਵਿੱਚ ਦਲ ਨੇ ਆਦਮ ਕੋ ਜ਼ਿਲਤ ਵ ਰਸਵਾਈ ਨਸੀਬ ਹੋਈ। ਨੌਜ਼ ਬਿੱਲਾ, ਆਦਮ ਅਲੈਹਿ ਸਲਾਮ ਕੋ ਨੌਜ਼ ਬਿੱਲਾ ਕਹਤਾ ਕਿਆ ਕਿ ਜ਼ਿਲਤ ਔਰ ਰਸਵਾਈ ਨਸੀਬ ਹੋਈ, ਕਿਸੀ ਨਬੀ ਕੀ ਤਰਫ ਇਸ ਤਰ੍ਹਾਂ ਕੇ ਜੁਮਲੇ, ਹਾਲਾਂਕਿ ਅਸੀਂ ਬਾਤ ਵੀ ਕੋਈ ਨਹੀਂ, ਇਹ ਬਕਵਾਸ ਹੈ, ਹਕੀਕਤ ਸੇ ਤਾਲਕ ਵੀ ਕੋਈ ਨਹੀਂ, ਲੇਕਿਨ ਜੋ ਅਲਫਾਜ਼ ਹੈ ਉਹ ਗੁਸਤਾਖੀ ਵਾਲੇ ਕੈਸੇ ਅਲਫਾਜ਼ ਹੈ, ਤੱਕ ਆਦਮ ਅਲੈਹਿ ਸਲਾਮ ਕੋ ਨਾਊਜ਼ ਬਿੱਲਾਹ ਮਿਨ ਜ਼ਾਲਿਕ ਨਕਲ ਕੁਫਰ ਕੁਫਰ ਨਬਾਸ਼ਦ ਕਹਤਾ ਹੈ ਕਿ ਜ਼ਿਲਤ ਔਰ ਰਸਵਾਈ ਨਸੀਬ ਹੋਈ।